ਹਾਂ ਜਿੱਥੇ ਜਿੱਥੇ ਵੀ ਖੁਦਾ ਦੀ ਖੁਦਾਈ ਏ ਮੇਰੇ ਮਾਲ ਅਲੀ ਦੀ ਸ਼ਾਈ ਏ ਦੇਂਦਾ ਕੁਰਾਨ ਗਵਾਈ ਏ ਸੁਭਾਨ ਅੱਲਾ ਹੈਦਰੀ ਤੂੰ ਜਿਵੇਂ ਪਿਆ ਤੇਰੀ ਜ਼ਿੰਦਗੀ ਹੋਵੇ ਜਿੱਥੇ ਜਿੱਥੇ ਵੀ ਖੁਦਾ ਦੀ ਖੁਦਾਈ ਏ ਮੇਰੇ ਮਾਲ ਅਲੀ ਦੀ ਸ਼ਾਈ ਏ ਅਠਾਰਾਂ ਦੇ ਲਿਹਾਜ ਗਦੀਰ ਦਾ ਮੈਦਾਨ ਸਵਾ ਲੱਖ ਹਾਜੀ ਤੇ ਜ਼ੀਰੋ ਮੀਟਰ ਹਾਜੀ ਮੁਹੰਮਦ ਮੁਸਤਫਾ ਕਿਆ ਸੁਲੇਮਾਨ ਜੀ ਨਬੀਆਂ ਦਾ ਸੁਲਤਾਨ ਮੈਂ ਮੁਹੰਮਦ ਦਾ ਹੁਕਮ ਏ ਅੱਜ ਕੋਈ ਇੱਥੇ ਝਾੜੀ ਕੋਈ ਬੂਟਾ ਕੋਈ ਹਰਮਲ ਨਾ ਹੋਵੇ ਮਤੇ ਕੱਲ ਕੋਈ ਖਰਗੋਸ਼ ਦਾ ਪੁੱਤਰ ਇਹ ਨਾ ਆਖੇ ਮੈਂ ਮੌਲਾ ਬਣਨ ਦਾ ਡਿੱਠਾ ਨਹੀਂ ਚਿੱਟੀ ਵਾਲ ਮੈਦਾਨ ਹੋਵੇ ਪਲਾਣਿਆਂ ਦਾ ਮਿੰਬਰ ਬਣਾ ਸਵਾ ਲੱਖ ਹਾਜੀ ਕਰੀਬ ਬੁਲਾ ਹਾਜੀ ਕਰੀਬ ਪਲਾਣਿਆਂ ਦਾ ਮਿੰਬਰ ਮਿੰਬਰ ਤੇ ਦੋਵੇਂ ਭਿਰਾ ਤੇ ਅੱਲਾ ਕਿਆ ਹੀ ਸੋਹਣਾ ਮਿੱਠਾ ਮੱਕੀ ਮਦਨੀ ਵਲੈਲ ਦੀਆਂ ਜ਼ੁਲਫਾਂ ਲਾ ਅੱਜ ਇਹ ਕੰਮ ਤੂੰ ਨਾ ਕੀਤਾ ਤੀਂ ਸਮਝੀ ਮੈਂ ਰਿਸਾਲਤ ਦਾ ਕੁਝ ਨਹੀਂ ਕੀਤਾ ਅੱਲਾ ਦਾ ਇਹ ਹੁਕਮ ਆਈ ਦਰਜਾਤ ਬੁਲੰਦ ਹੋਵੇਣ ਕੀ ਹੋ ਜਾਏ ਜ਼ਾਕਰ ਕਬਰਾਂ ਦੀ ਜ਼ੀਨਤ ਬਣੇ ਲੰਬਰਦਾਰਾ ਬੜੀ ਸੋਹਣੀ ਤੇ ਸਤਰਾ ਦਈ ਬਾਬਾ ਰਿਆਜ਼ ਸ਼ਰਤ ਤੋਂ ਵਾਲੀ ਗਰਮੀ ਆਈ ਡਾਡੀ ਤੇ ਅਠਾਰਾਂ ਦੇ ਲਹਾਜ ਤੋਂ ਚਿੱਟੀ ਵਾਲ ਮੈਦਾਨ ਤੇ ਜ਼ੀਰੋ ਮੀਟਰ ਹਾਜੀ ਅਪਲਾਈਡ ਫਾਰ ਹਾਜੀ ਤੋ ਇੱਕ ਬੰਦਾ ਹੀ ਤੁੱਕਾ ਲਾ ਪਿਆ ਤੇ ਉਹਦਾ ਕਿਹਾ ਮੁੜ ਜਲਦੀ ਕਰੋ ਜਿਹੜਾ ਕਰਨਾ ਨੇ ਗਰਮੀ ਲੈ ਗਈ ਤੇ ਮੁਸਤਫਾ ਕਿਹਾ ਤੈਨੂੰ ਗਰਮੀ ਦੀ ਪਈ ਹੋਈ ਹੈ ਮੈਂ ਰਿਸਾਲਤ ਦੀ ਪਈ ਹੋਈ ਹੈ ਬਾਈ ਜ਼ਿੰਦਾਬਾਦ ਮਾਲਕ ਤੁਹਾਡੀਆਂ ਨਸਲਾਂ ਨੂੰ ਖੈਰ ਕਰੇ ਤੂੰ ਆਪਣੀ ਗਰਮੀ ਦੀ ਗੱਲ ਕਰੇ ਤੇ ਮੈਂ ਰਿਸਾਲਤ ਪਿਆ ਬੱਚਿਆਂ ਨੂੰ ਪਲਾਣਿਆਂ ਦਾ ਮਿੰਬਰ ਤੇ ਮਿੰਬਰ ਤੇ ਦੋਵੇਂ ਫਿਰਾ ਸਵਾ ਲੱਖ ਹਾਜੀ ਦੇ ਸਾਹਮਣੇ ਖੜ ਕੇ ਮੁਹੰਮਦ ਮੁਸਤਫਾ ਫਿਰਾ ਦਾ ਹੱਥ ਨਾ ਪਿਆ ਦਿਨ ਭੁੱਲ ਨਾ ਜਾਵਿਆ ਜਿਸ ਜਿਸ ਮਾਸ਼ਾ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਜੀ ਮੇਰੀ ਨੌਕਰੀ ਜੀ ਮੈਂ ਕਰੋੜ ਦਫਾ ਕਾ ਮੁਸਤਫਾ ਪਿਆ ਦਿਨ ਜਿਸ ਜਿਸ ਬਹੁਤ ਮਿਹਰਬਾਨ ਤੇਰੀ ਜ਼ਿੰਦਗੀ ਹੋ ਬਾਈ ਜ਼ਿੰਦਾਬਾਦ ਜੀ ਕਰਾ ਹੁੰਦਾ ਪੱਗ ਦਾ ਵਾਰਸ ਬਾਈ ਏ ਕਈਆ ਪੱਗ ਬਦਵਾਈ ਏ ਦੇਂਦਾ ਕੁਰਾਨ
ਮੁਸਤਫਾ ਪਿਆ ਦਿਨ ਭੁੱਲ ਨਾ ਜਾਵਿਆ ਇਹ ਪੱਗ ਦਾ ਵਾਰਸ ਬਿਰਾ ਹੈ ਤੇ ਤਾਂ ਹੀ ਮੈਂ ਬਿਰਾ ਨੂੰ ਹੱਥਾਂ ਨਾਲ ਪੱਗ ਬਨਵਾਈ ਹੈ। ਅੱਛਾ ਪੂਰੀ ਤਵੱਜੋ, ਮੁਹੰਮਦ ਮੁਸਤਫਾ ਮੇਰਾਜ ਤੇ ਗਏ ਵਾਪਸ ਆਏ, ਅਜਿਵੇਂ ਅਸੀਂ ਜ਼ਾਕਰ ਜਾਵੀਏ ਨਾ ਬਹਿਰਲੇ ਮੁਲਕ ਮਜਲਸ ਪੜਨ, ਤੂੰ ਦੂ ਵਾਪਸ ਉੱਠੀਏ ਤੇ ਮੁੜ ਪਿੰਡ ਮਹੱਲੇ ਦੇ ਬੰਦੇ ਰਾਤੀ ਜਾ ਬੰਦੇ ਉਦਲਾ ਮਾਹੌਲ ਕੀ ਆਈ ਜੀ। ਇਹ ਕਣਕ ਸਾਡੇ ਵਾਂਗ ਹੀ ਉਦੋਂ ਲੱਭਦੀ ਹੈ, ਰੋਟੀ ਤੰਦੂਰੀ ਤੇ ਪੱਕਦੀ ਹੈ ਕਿ ਤਵੇ ਤੇ, ਇੰਝ ਕਰਕੇ ਟੈਸਟ ਲੈਂਦੇ ਨਾ ਜੀ। ਮੁੜ ਉਹਨਾਂ ਦਾ ਕਈ ਇਹ ਵੀ ਇਹ ਚਾਹੁੰਦੇ ਨਾ, ਅੱਛਾ ਜਹਾਜ਼ ਤੇ ਜੇ ਚੜੇ ਆਓ ਤਾਂ ਮੁੜ ਡਰ ਨਾ ਲੱਗਾ। ਇਹੋ ਜਿਹੀਆਂ ਵਾਰਦਾਤਾਂ ਚਾਚਾ ਬੰਦੇ ਨਾ ਵੀ ਬੋਲਣ ਤਾਂ ਵੀ ਪੁੱਛਦੇ ਨੇ, ਤੇ ਜੇ ਬੋਲ ਪਵੇ ਤਾਂ ਮੁੜ ਤੇ ਅੱਗੇ ਹੀ ਪੁੱਛਦੇ ਨੇ। ਅੱਛਾ ਉੱਥੋਂ ਦਾ ਮਾਹੌਲ ਕੀ ਆਈ, ਮੁਹੰਮਦ ਮੁਸਤਫਾ ਅਰਸ਼ਾਂ ਤੂੰ ਵਾਪਸ ਆਏ ਤੇ ਬੰਦੇ ਇਕੱਠੇ ਹੋ ਕੇ ਸ਼ਾਮਾਂ ਵੇਲੇ ਆ ਗਏ, ਮੁਸਤਫਾ ਮੁੜ ਉੱਥੇ ਕੀ ਮੰਜ਼ਰ ਆਈ। ਮੁਹੰਮਦ ਮੁਸਤਫਾ ਦਿਨ ਦੱਸਦਾ ਮੈਂ ਹਾਂ, ਲੇਕਿਨ ਕਿਨਾ ਬੰਨਿਆ ਤੂੰ ਬਰਦਾਸ਼ਤ ਨਹੀਂ ਹੋਣਾ। ਉਹਨਾਂ ਕਿਹਾ ਨਹੀਂ ਯਾ ਰਸੂਲ ਅੱਲਾ, ਅਸੀਂ ਹਾਜ਼ਰ ਆਏ, ਅਸੀਂ ਜਾਂਦੇ ਹਾਂ, ਤੁਸੀਂ ਦੱਸੋ ਅਸੀਂ ਸੁਣਨ ਆਏ ਹੋ। ਮੁਸਤਫਾ ਦਿਨ ਅੱਲਾ ਛੱਡਿਆ ਮੈਂ ਅਰਸ਼ਾਂ 'ਤੇ ਗਿਆ, ਭਿਰਾ ਨੂੰ ਮੈਂ ਇੱਥੇ ਛੋੜ ਗਿਆ। ਜਦੋਂ ਮੈਂ ਅਰਸ਼ਾਂ 'ਤੇ ਪਹੁੰਚਿਆ ਵਾ ਧਨੀਅਤ ਦੇ ਘਰ ਇੱਕ ਪਰਦਾ ਲੱਗੋ ਹੋਇਆ ਸੀ, ਆ ਦਿਨ 'ਤੇ ਪਰਦਾ ਲੱਗੋ ਹੋਇਆ ਸੀ ਤੇ ਮੁੜ ਕੀ ਹੋ ਗਿਆ, ਤੇ ਮੁਸਤਫਾ ਪਿਆ ਦਿਨ ਸੁਭਾਨ ਅੱਲਾ ਭਾਈ ਸਲਾਮ ਹੈ ਤੁਹਾਨੂੰ, ਸਲਾਮ ਹੈ ਭਾਈ ਜ਼ਿੰਦਾਬਾਦ, ਬਹੁਤ ਮਿਹਰਬਾਨੀ। ਹੈਦਰੀ ਮੈਂ ਨੌਕਰਾਂ, ਤੁਹਾਡੀ ਜ਼ਿੰਦਗੀ ਹੋਵੇ ਮੁਹੰਮਦ ਮੁਸਤਫਾ ਪਿਆ ਦਿਨ ਮਜਲਸ ਦੱਪਾਂ ਦੇ ਡੇਰੇ ਤੇ ਨਹੀਂ ਲਖਨਊ ਆਉਂਦੀ ਪਈ, ਇਹਨਾਂ ਹੱਦ ਕਰ ਦਿੱਤੀ ਤੇ ਮਾਲਕ ਇਹਨਾਂ ਨੂੰ ਵਸਦਾ ਰੱਖੇ ਤੇ ਸ਼ਾਲਾ ਜੀਵਣ ਪਏ। ਚਲੋ ਕਸੀਦਾ ਪੜਾ ਦੂ ਫੇਰਾਵਾਂ ਦਾ, ਇਮਾਮ ਹੁਸੈਨ ਬਾਦਸ਼ਾਹ ਦਾ ਤੇ ਜਨਾਬੇ ਅਬਾਸ ਬਾਦਸ਼ਾਹ ਦਾ ਕਸੀਦਾ। ਚਾਚਾ ਮੈਂ ਉਹ ਪੜੂੰਗਾ, ਅਲਹਮਦੁਲਿਲਾ ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਜ਼ਬਾਨਾਂ ਵੀ ਇਹਨਾਂ ਦੀਆਂ ਸਲਾਮਤ ਹਨ, ਨੈਣ ਪ੍ਰਾਣ ਵੀ ਸਲਾਮਤ ਹਨ, ਤੇ ਸ਼ਾਲਾ ਸਲਾਮਤ ਰਵਣ। ਜਿਹੜਾ ਮੈਂ ਕਸੀਦਾ ਪੜੂੰਗਾ ਜਮਾਂਦਰੂ ਗੂੰਗਾ ਵੀ ਬੋਲ ਨਾ ਸਕੇ ਤੇ ਸਿਰ ਉਹਨੂੰ ਵੀ ਹਲਾਵਣਾ ਪਾਉਂਦਾ, ਠੀਕ ਹੈ। ਤੇ ਜੇ ਹੁਣ ਉਹ ਮੜ ਦੱਪਾਂ ਦੇ ਡੇਰੇ ਤੇ ਮੈਂ ਡੀਗਰ ਦੇ ਵੇਲੇ ਕਸੀਦਾ ਪੜਾਂ ਤੇ ਐਂ ਜੁੜੇ ਖਲਿਓ ਮੈਂ ਰਜੋਏ ਦੇ ਮੂਮਨ ਤੇ ਬੋਲਣ ਨਹੀਂ ਤੇ ਹੋ ਤਾਂ ਨਹੀਂ ਸਕਦਾ, ਕਸੀਦਾ ਪੜਾਂ ਜੀ। ਓ ਅੱਲਾ ਨੇ ਦੋ ਭਾਈਆਂ ਦਾ ਜੋੜ ਲਾਇਆ ਏ, ਤਿੰਨ ਨੂੰ ਸੈਨ ਤੇ ਚਾਰ ਨੂੰ ਗਾਦੀ ਆਇਆ ਏ। ਸੁਭਾਨ ਭਾਈ ਸੁਭਾਨ ਅੱਲਾ, ਤੁਹਾਡਾ ਵੇੜਾ ਵਸੇ। ਅੱਲਾ ਨੇ ਦੋ ਭਾਈਆਂ ਦਾ ਜੋੜ ਲਾਇਆ ਏ, ਤਿੰਨ ਨੂੰ ਸੈਨ ਤੇ ਚਾਰ ਨੂੰ ਗਾਦੀ ਆਇਆ ਏ। ਅੱਲਾ ਨੇ ਦੋ ਭਾਈਆਂ ਦਾ ਜੋੜ ਲਾਇਆ ਏ, ਤਿੰਨ ਨੂੰ ਸੈਨ ਤੇ ਚਾਰ ਨੂੰ ਗਾਦੀ ਆਇਆ ਏ। ਬਾਦਸ਼ਾਹ
ਹੁਸੈਨ ਦੇ ਮਿੰਬਰ ਤੇ ਖੜ ਕੇ ਬੈਠ ਕਰਕੇ ਜਾਵਾਂ, ਤ੍ਰੈ ਲੱਖ ਆਉਣੇ ਆ, ਚਾਰ ਲੱਖ ਆਉਣੇ ਤੇ ਮੈਂ ਪਿਆ ਦਾਸ ਸਲਾਮ ਹੈ ਭਾਈ ਤੁਹਾਨੂੰ, ਸਲਾਮ ਹੈ ਭਾਈ ਤੁਹਾਨੂੰ, ਹਾਏ ਦਰੀ ਤੇਰਾ ਵੇੜਾ ਵਸੇ ਤੇ ਮੈਂ ਪਿਆ ਧਾ ਬਹੁਤ ਮਿਹਰਬਾਨੀ ਬਾਈ, ਤੇਰੀ ਜ਼ਿੰਦਗੀ ਹੋਵੇ ਦੂਆਂ ਦਾ ਝੂਲਾ ਹਸਨ ਅਮੀਰ ਝੁਲਾਇਆ ਏ, ਤੈਨੂੰ ਸੈਨ ਦੇ ਚਰਨ ਵਾਦਿਆ ਏ। ਤਰੇ ਲਾਈਵ ਕੈਮਰੇ ਮੇਰੇ ਸਾਹਮਣੇ ਲੱਗੇ ਖਲੇ, ਮੇਰਾ ਦਿਲ ਇਹਨਾਂ ਕੈਮਰਿਆਂ ਦੇ ਅੱਗੇ ਖਲੋ ਕੇ ਮੈਂ ਵੰਡ ਕਰ ਦੇਵਾਂ, ਤ੍ਰੈ ਲੱਖ ਆਉਣੇ ਆ, ਚਾਰ ਲੱਖ ਆਉਣੇ ਤੇ ਮੈਂ ਪਿਆ ਦਾ ਬੋਲੇ ਕਰੋ ਭਾਈ, ਸੁਭਾਨ ਅੱਲਾ ਭਾਈ, ਜ਼ਿੰਦਾਬਾਦ ਭਾਈ, ਨੌਕਰੀ ਹੈ ਮੇਰੀ, ਅੱਲਾ ਇਹਦਾ ਦੇਵੀ ਮਾਲਕ ਕਿਸੇ ਦਾ ਮੁਹਤਾਜ ਨਾ ਕਰੀ। ਮਦੀਨੇ ਵਾਲੇ ਸਈਆ ਦੇ ਲੰਗਰ ਨਿਆਲ ਪਾਕ ਦਰਬਾਰ ਕਬੂਲ ਫਰਮਾਵੇ, ਅੱਲਾ ਇਹਦਾ ਦੇਵੇ ਭਾਈ, ਦੇਨਿਆਂ ਨੂੰ ਮੌਲਾ ਚੋਖਾ ਦੇਵੇ। ਮਾੜੇ ਪੈ ਗਏ ਹੋ, ਅੱਛਾ ਜੀ, ਅੱਲਾ ਜ਼ਿੰਦਗੀ ਕਰੀ, ਤੇ ਜਿਹੜਾ ਅਜੇ ਤੱਕ ਇਨਾਮ ਨਹੀਂ ਦੇ ਸਕਿਆ ਮੌਲਾ ਹੁਣ ਰੀਸ ਚ ਦੇਵੇ। ਇਹ ਮਿੰਬਰ ਦੇ ਇਨਾਮ ਵਾਲੀ ਹਰਕਤ ਬੜੀ ਸੋਹਣੀ ਹੈ, ਹਰਕਤ ਵੀ ਬਰਕਤ ਵੀ ਹੁੰਦੀ ਹੈ, ਕਿਸੇ ਹੋਰੀ ਬੰਦੇ ਦਾ ਵੀ ਦਿਲ ਹੋਵੇ ਤੇ ਹਰਕਤ ਕਰ ਲਵੇ, ਇਹਦੋ ਪਾਬੰਦੀ ਕੋਈ ਨਹੀਂ। ਚਲੋ ਮਾੜੇ ਨਾ ਪਵੋ, ਨਾ ਬੋਲਣ ਵਾਲਾ ਬੰਦਾ ਹੈ 600 ਚਾ ਲਵੇ ਬੋਲ ਪਵੇ। ਹੈਦਰੀ ਭਾਈ ਤ੍ਰੈ ਲੱਖ ਆਉਣੇ ਆ, ਚਾਰ ਲੱਖ ਆਉਣੇ ਤੇ ਮੈਂ ਪਿਆ ਦਾ ਸੱਤਰ ਹੀ ਹੋ ਜੀ ਪੜਾਂ, ਥਕਾਵਟ ਤੁਹਾਡੀ ਇੱਥੋਂ ਚਾਹ ਕੇ ਮੈਂ ਮੋਦੀ ਦੇ ਘਰ ਇੰਡੀਆ ਸੱਟ ਛੋੜ। ਤ੍ਰੈ ਲੱਖ ਕੌਣ ਸੈਦ, ਮੈਂ 70 ਪੜੂੰਗਾ ਰੋਜ਼ਾਨਾ ਬਾਦਸ਼ਾਹ ਬਾਸ ਦੇ ਕਸੀਦੇ ਤੁਸੀਂ ਸੁਣਦੇ ਹੋ, ਲੇਕਿਨ ਜਿਹੜੇ ਤਰੀਕੇ ਦੀ ਇਹ 70 ਲਿਖੀ ਗਈ ਹੈ ਨਾ, ਹੋ ਸਕਦਾ ਇਸ ਤੋਂ ਪਹਿਲੇ ਤੂੰ ਤਾਂ ਇਹੋ ਜੀ 70 ਨਾ ਸੁਣੀ ਹੋਵੇ। ਤ੍ਰੈ ਲੱਖ ਕੌਣੇ, ਚਾਰ ਲੱਖ ਕੌਣੇ ਤੇ ਮੈਂ ਪਿਆ ਦਾ ਸੁਭਾਨ ਅੱਲਾ ਭਾਈ, ਸੁਭਾਨ ਅੱਲਾ ਭਾਈ, ਸੈਦ ਜੀ ਨੇ ਭਾਈ ਕਮਾਲੇ, ਮੈਂ ਕਰੋੜ ਦਾ ਫਾਕਾ ਤੇ ਮੈਂ ਪਿਆ ਦਾ ਆਇਆ।
ਸੁਭਾਨ ਅੱਲਾ। 71 ਹੋਰ ਜੀ, 71 ਜੀ ਕਰਾ ਤ੍ਰੈ ਲਕਾਉਣੇ ਚਾਰ ਲਕਾਉਣੇ ਤੇ ਮੈਂ ਪਿਆਦਾ ਤਿੰਨ ਵਾਲੇ ਦੀ ਅੰਮਾ ਮੋਸ ਨਦੀ ਦੀ ਹੈ ਚਾਰ ਵਾਲੇ ਵਿੱਚ ਖੁਸ਼ਬੂ ਮਲ ਬਨੀਨ ਦੀ ਹੈ ਚਾਰ ਵਾਲੇ ਨੂੰ ਵਾਲੀ ਅਸੈਣ ਖਿਡਾਇਆ ਸੱਤਰ ਛੋੜੂ ਆਏ ਹੁਣ ਛੋੜਦਾ ਨਹੀਂ ਪੜ੍ਹਦਾ। ਅਗਰ ਅੱਬਾਸ ਪੀ ਰਹੀ ਤੇ ਮੁੜ ਸਾਰ ਜਿਹੜਾ ਨਾ ਉੱਚਾ ਕੀਤਾ ਕਰ ਜੀ ਕਰਾ ਚਾਰ ਵਾਲੇ ਕੁਆਲੀ ਅਸੈਣ ਖਿਡਾਇਆ ਨੌਕਰੀ ਜੋ ਹੋਈ ਤ੍ਰੈ ਲਕਾਉਣੇ ਚਾਰ ਲਕਾਉਣੇ ਤੇ ਮੈਂ ਪਿਆਦਾ ਤਿੰਨ ਵਾਲੇ ਦੀ ਅੰਮਾ ਮੋਸ ਨਦੀਨ ਦੀ ਏ ਚਾਰ ਵਾਲੇ ਵਿੱਚ ਖੁਸ਼ਬੂ ਮਲ ਬਨੀਨ ਦੀ ਏ ਚਾਰ ਵਾਲੇ ਨੂੰ ਵਾਲੀ ਅਸੈਣ ਖਿਡਾਇਆ ਅਲਹਮਦੁਲਿਲਾ ਬਾਈ ਅਲਹਮਦੁਲਿਲਾ ਬਾਈ। ਅਗਰ ਗਾਦੀ ਪੀਰ ਬਣਾ ਰਹੀ ਆ ਮੁੜ ਸਾਰ ਉੱਚਾ ਕੀਤਾ ਕਰ ਵਜਾ ਕੀ ਹੈ ਤੇ ਮੈਂ ਪਿਆਦਾ ਜਿਆ ਬਾਸ ਵਫਾਦਾ ਜੀ ਵਾ ਬਾਲ ਆਏ ਹਸਨ ਹੁਸੈਨ ਨੇ ਮੋਸਨ ਸਮਝ ਕੇ ਪਾਲ ਆਏ ਸੁਭਾਨ ਅੱਲਾ।